ਪਾਰਕ ਦੇ ਵਿੱਚ ਖੇਡਦੇ ਖੇਡਦੇ ਜਵਾਕ ਲੜ ਪਏ। ਇਹਨੇ ਨੂੰ ਇੱਕ ਦਾ ਪਿਤਾ ਆਇਆ ਜਿਸ ਨੇ ਦੂਸਰੇ ਬੱਚੇ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਬਾਂਹ ਤੋਂ ਫੜ ਕੇ ਉਸਦੇ ਥੱਪੜ ਮਾਰੇ ਨੇ। ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਵੀਡੀਓ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਦੇ ਪਿਤਾ ਨੇ ਦੂਸਰੇ ਬੱਚੇ ਦੇ ਥੱਪੜ ਮਾਰੇ ਨੇ। ਆਪਣੇ ਪੁੱਤ ਦੀ ਸਪੋਰਟ ਦੇ ਵਿੱਚ ਆਇਆ, ਪਾਰਕ ਦੇ ਵਿੱਚ ਖੇਡਦੇ ਖੇਡਦੇ ਬੱਚੇ ਲੜ ਪਏ ਸੀ। ਤਾਂ ਕੁੱਟਮਾਰ ਦੀ ਵੀਡੀਓ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਪਟਿਆਲਾ ਦੇ ਇੱਕ ਪਾਰਕ ਦੇ ਨਜ਼ਦੀਕ ਇਹ ਵਾਕਿਆ ਹੋਇਆ। ਪਹਿਲਾਂ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ, ਛੋਟੇ ਛੋਟੇ ਬੱਚੇ ਨੇ, ਜਿਸ ਤੋਂ ਬਾਅਦ ਇੱਕ ਬੱਚੇ ਦਾ ਪਿਤਾ ਮੋਟਰਸਾਈਕਲ 'ਤੇ ਆਇਆ ਜਿਸ ਨੇ ਦੂਸਰੇ ਬੱਚੇ ਨੂੰ ਬਾਂਹ ਤੋਂ ਫੜਿਆ ਅਤੇ ਉਸ 'ਤੇ ਤਾੜ ਤਾੜ ਥੱਪੜ ਮਾਰੇ। ਇੰਨਾ ਹੀ ਨਹੀਂ, ਫਿਰ ਉਸਨੂੰ ਆਪਣੇ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਬੈਠਿਆ। ਤਾਂ ਕੁੱਟਮਾਰ ਤੋਂ ਬਾਅਦ ਉਹ ਬੱਚਾ ਉੱਥੋਂ ਚਲਾ ਗਿਆ ਅਤੇ ਇਹ ਪਿਤਾ ਆਪਣੇ ਬੱਚੇ ਨੂੰ ਮੋਟਰਸਾਈਕਲ 'ਤੇ ਲੈ ਕੇ ਵੀ ਇੱਥੋਂ ਚਲਾ ਗਿਆ। ਤਾਂ ਦੱਸ ਦਈਏ ਕਿ ਜਵਾਕਾਂ ਦੀ ਲੜਾਈ ਦੇ ਵਿੱਚ ਇੱਕ ਬੱਚੇ ਦੇ ਪਿਤਾ ਦੀ ਐਂਟਰੀ ਹੋਈ ਜਿਸ ਨੇ ਦੂਸਰੇ ਬੱਚੇ ਦੇ ਥੱਪੜ ਮਾਰੇ, ਗਾਲੀ ਗਲੋਚ ਕੀਤਾ। ਸੀਸੀਟੀਵੀ ਦੇ ਵਿੱਚ ਪੂਰਾ ਕਾਰਨਾਮਾ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਉਸਨੂੰ ਬਾਂਹ ਫੜ ਕੇ ਧੂਹਿਆ ਜਾ ਰਿਹਾ, ਆਪਣੇ ਨਾਲ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੱਚਾ ਉੱਥੋਂ ਚਲਾ ਗਿਆ। ਪਾਰਕ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਦੇ ਪਿਤਾ ਦੇ ਵੱਲੋਂ ਆਪਣੇ ਬੱਚੇ ਦੀ ਸਪੋਰਟ ਦੇ ਵਿੱਚ ਆ ਕੇ ਦੂਸਰੇ ਬੱਚੇ ਦੇ ਥੱਪੜ ਮਾਰੇ ਗਏ ਨੇ। ਪਾਰਕ ਦੇ ਵਿੱਚ ਖੇਡਦੇ ਖੇਡਦੇ ਜਵਾਕ ਲੜ ਪਏ। ਇਹਨੇ ਨੂੰ ਇੱਕ ਦਾ ਪਿਤਾ ਆਇਆ ਜਿਸ ਨੇ ਦੂਸਰੇ ਬੱਚੇ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਬਾਂਹ ਤੋਂ ਫੜ ਕੇ ਉਸਦੇ ਥੱਪੜ ਮਾਰੇ ਨੇ। ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਵੀਡੀਓ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਦੇ ਪਿਤਾ ਨੇ ਦੂਸਰੇ ਬੱਚੇ ਦੇ ਥੱਪੜ ਮਾਰੇ ਨੇ। ਆਪਣੇ ਪੁੱਤ ਦੀ ਸਪੋਰਟ ਦੇ ਵਿੱਚ ਆਇਆ, ਪਾਰਕ ਦੇ ਵਿੱਚ ਖੇਡਦੇ ਖੇਡਦੇ ਬੱਚੇ ਲੜ ਪਏ ਸੀ। ਤਾਂ ਕੁੱਟਮਾਰ ਦੀ ਵੀਡੀਓ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਪਟਿਆਲਾ ਦੇ ਇੱਕ ਪਾਰਕ ਦੇ ਨਜ਼ਦੀਕ ਇਹ ਵਾਕਿਆ ਹੋਇਆ। ਪਹਿਲਾਂ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ, ਛੋਟੇ ਛੋਟੇ ਬੱਚੇ ਨੇ, ਜਿਸ ਤੋਂ ਬਾਅਦ ਇੱਕ ਬੱਚੇ ਦਾ ਪਿਤਾ ਮੋਟਰਸਾਈਕਲ 'ਤੇ ਆਇਆ ਜਿਸ ਨੇ ਦੂਸਰੇ ਬੱਚੇ ਨੂੰ ਬਾਂਹ ਤੋਂ ਫੜਿਆ ਅਤੇ ਉਸ 'ਤੇ ਤਾੜ ਤਾੜ ਥੱਪੜ ਮਾਰੇ। ਇੰਨਾ ਹੀ ਨਹੀਂ, ਫਿਰ ਉਸਨੂੰ ਆਪਣੇ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਬੈਠਿਆ। ਤਾਂ ਕੁੱਟਮਾਰ ਤੋਂ ਬਾਅਦ ਉਹ ਬੱਚਾ ਉੱਥੋਂ ਚਲਾ ਗਿਆ ਅਤੇ ਇਹ ਪਿਤਾ ਆਪਣੇ ਬੱਚੇ ਨੂੰ ਮੋਟਰਸਾਈਕਲ 'ਤੇ ਲੈ ਕੇ ਵੀ ਇੱਥੋਂ ਚਲਾ ਗਿਆ। ਤਾਂ ਦੱਸ ਦਈਏ ਕਿ ਜਵਾਕਾਂ ਦੀ ਲੜਾਈ ਦੇ ਵਿੱਚ ਇੱਕ ਬੱਚੇ ਦੇ ਪਿਤਾ ਦੀ ਐਂਟਰੀ ਹੋਈ ਜਿਸ ਨੇ ਦੂਸਰੇ ਬੱਚੇ ਦੇ ਥੱਪੜ ਮਾਰੇ, ਗਾਲੀ ਗਲੋਚ ਕੀਤਾ। ਸੀਸੀਟੀਵੀ ਦੇ ਵਿੱਚ ਪੂਰਾ ਕਾਰਨਾਮਾ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਉਸਨੂੰ ਬਾਂਹ ਫੜ ਕੇ ਧੂਹਿਆ ਜਾ ਰਿਹਾ, ਆਪਣੇ ਨਾਲ ਬਾਈਕ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੱਚਾ ਉੱਥੋਂ ਚਲਾ ਗਿਆ। ਪਾਰਕ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਬੱਚੇ ਦੇ ਪਿਤਾ ਦੇ ਵੱਲੋਂ ਆਪਣੇ ਬੱਚੇ ਦੀ ਸਪੋਰਟ ਦੇ ਵਿੱਚ ਆ ਕੇ ਦੂਸਰੇ ਬੱਚੇ ਦੇ ਥੱਪੜ ਮਾਰੇ ਗਏ ਨੇ।